खबर लेंदे कोटकपूरा तो गुरु गोबिंद सिंह स्टडी सर्कल कोटकपूरा दे जोनल दफ्तर विखे हुई मीटिंग और डॉक्टर अविनिंदर पाल सिंह, नवनीत सिंह, गुरिंदर सिंह, मेहंदी रत्ता ते बलजीत सिंह खीवा ने शहर भर दीआं समाजिक सेवी संस्थावां ते जथेबंदियां दे नुमाइंदियां नूं संबोधित करदे दस्सिया है कि 10 जनवरी दिन ऐतवार नूं 7:30 बजे म्यूनसिपल पार्क विच कोटकपूरा दे विच एक दौड़ किसानां लई आरंभ होवेगी। इस संबंध विच होर की गलबात होई है, आओ सुणदे हां। ਅਸੀਂ ਪਹੁੰਚੇ ਹਾਂ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਸਥਿਤ ਜੋਨਲ ਦਫ਼ਤਰ 'ਚ। ਇੱਥੇ ਅੱਜ 10 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੀ ਇੱਕ ਦੌੜ ਕਿਸਾਨਾਂ ਲਈ ਰਨ ਫਾਰ ਫਾਰਮਰ, ਉਸ ਪ੍ਰੋਗਰਾਮ ਸੰਬੰਧੀ ਵਿਚਾਰ ਵਟਾਂਦਰਾ ਹੋਇਆ, ਇਕੱਤਰਤਾ ਹੋਈ। ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਜਥੇਬੰਦੀਆਂ, ਸਭਾ ਸੁਸਾਇਟੀਆਂ ਤੇ ਕਲੱਬਾਂ ਦੇ ਨੁਮਾਇੰਦੇ ਉਹਨਾਂ ਨੇ ਆਪੋ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਇਹ ਤੀਜੀ ਹੈ। ਇਸ ਤੋਂ ਪਹਿਲਾਂ ਇੱਕ ਦੌੜ ਮਨੁੱਖਤਾ ਲਈ, ਇੱਕ ਦੌੜ ਪੰਜਾਬੀ ਲਈ ਤੇ ਇਸ ਵਾਰ ਇੱਕ ਦੌੜ ਕਿਸਾਨੀ ਲਈ, ਕਿਸਾਨਾਂ ਲਈ। ਆਪਾਂ ਚੱਲਦੇ ਹਾਂ ਡਾਕਟਰ ਅਵਿਨਿੰਦਰ ਪਾਲ ਸਿੰਘ ਜੀ ਕੋਲ, ਉਹਨਾਂ ਨੂੰ ਪੁੱਛਦੇ ਹਾਂ। ਡਾਕਟਰ ਸਾਹਿਬ, ਦੱਸਿਓ ਅੱਜ ਦੀ ਮੀਟਿੰਗ ਬਾਰੇ। ਵੀਰੇ, ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਹੈਗਾ ਬੜੀ ਵੱਡੀ ਪੱਧਰ 'ਤੇ ਕਿਸਾਨਾਂ ਵੱਲੋਂ ਜਿਹੜਾ ਇੱਕ ਸੰਘਰਸ਼ ਜਿਹੜਾ ਹੈਗਾ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਉਹ ਅੱਜ ਕੀਤਾ ਜਾ ਰਿਹਾ ਹੈ ਅਤੇ ਦੁਨੀਆ ਭਰ ਦੇ ਵਿੱਚੋਂ ਇਸ ਅੰਦੋਲਨ ਨੂੰ ਜਿਹੜੀ ਹੈਗੀ ਉਹ ਬੜੀ ਵੱਡੇ ਪੱਧਰ 'ਤੇ ਜਿਹੜੀ ਹੈ ਇੱਕ ਸਪੋਰਟ ਮਿਲ ਰਹੀ ਹੈ, ਕਿਉਂਕਿ ਜਿੰਨੇ ਵੀ ਅੱਜ ਲੋਕ ਨਿਆਂ ਪਸੰਦ, ਇਨਸਾਫ ਪਸੰਦ ਲੋਕ ਹੈਗੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਇਹ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਹੈ ਹੱਕ ਅਤੇ ਸੱਚ ਲਈ ਲੜਿਆ ਜਾ ਰਿਹਾ ਹੈ। ਤੋ ਇਸ ਮਾਹੌਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੀ ਆਪਦੀ ਨੈਤਿਕ ਜ਼ਿੰਮੇਵਾਰੀ ਸਮਝਦਾ ਹੈ ਕਿ ਜਿਹੜਾ ਸੰਘਰਸ਼ ਹੈਗਾ ਇਹ ਸਰਬੱਤ ਦੇ ਭਲੇ ਲਈ ਹੈ। ਤੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਿਹੜਾ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿਸੇ ਕਿਸਾਨਾਂ ਦੇ ਨਾਲ ਖੜੀਏ, ਤੋ ਇਸ ਮਨੋਰਥ ਲਈ ਜਿਹੜਾ ਹੈਗਾ ਅਸੀਂ ਰਨ ਫਾਰ ਫਾਰਮਰਜ਼, ਇੱਕ ਦੌੜ ਕਿਸਾਨੀ ਲਈ, ਉਹ ਅਸੀਂ 10 ਜਨਵਰੀ ਨੂੰ ਜਿਹੜਾ ਹੈਗਾ ਐਤਵਾਰ ਦਾ ਦਿਨ ਹੈਗਾ ਉਹ ਕੋਟਕਪੂਰਾ ਵਿਖੇ ਅਸੀਂ ਉਹ ਆਯੋਜਿਤ ਕਰ ਰਹੇ ਹਾਂ। ਤੋ ਇਹਦਾ ਮੇਨ ਮਨੋਰਥ ਇਹੀ ਹੈਗਾ ਕਿ ਅਸੀਂ ਜਿਹੜੇ ਲੋਕ ਆਮ ਸਮਝਦੇ ਆ ਕਿ ਸ਼ਾਇਦ ਇਹ ਕਿਸਾਨਾਂ ਦਾ ਹੀ ਸੰਘਰਸ਼ ਹੈ, ਪਰ ਅਸਲ ਦੇ ਵਿੱਚ ਕਿਸਾਨਾਂ ਦਾ ਨਹੀਂ ਹੈ। ਇਹ ਹਰ ਜਿਹੜਾ ਹੈਗਾ ਉਹ ਸ਼ਹਿਰੀ ਜਿਹੜਾ ਹੈਗਾ ਆਮ ਲੋਕ ਨੇ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਬਿਜ਼ਨਸਮੈਨ ਹੈਗੇ ਆ, ਚਾਹੇ ਉਹ ਵਿਦਿਆਰਥੀ ਹੈ, ਚਾਹੇ ਉਹ ਇੰਪਲੋਈਜ਼ ਹੈ, ਇਹ ਸਾਰਾ ਸਾਡਾ ਸਾਰਿਆਂ ਦਾ ਸਾਂਝਾ ਸੰਘਰਸ਼ ਹੈ। ਤੋ ਇਹ ਮੈਂ ਤਾਂ ਇਹ ਸਮਝਦਾ ਕਿ ਅੱਜ ਕਿਸਾਨ ਸਾਡਾ ਸੰਘਰਸ਼ ਕਿਸਾਨ ਲੜ ਰਹੇ ਨੇ, ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਇਹ ਰਨ ਫਾਰ ਫਾਰਮਰਜ਼ ਹੋ ਰਿਹਾ ਹੈ ਅਸੀਂ ਸਾਰੇ ਜਿਹੜਾ 10 ਤਰੀਕ ਨੂੰ ਸਵੇਰੇ 7:30 ਵਜੇ ਜਿਹੜਾ ਮਿਊਨਿਸਪਲ ਪਾਰਕ ਦੇ ਵਿੱਚ ਹੋਏ ਜਿਹੜਾ ਰਨ ਸ਼ੁਰੂ ਕੀਤੀ ਜਾਣੀ ਹੈ, ਅਸੀਂ ਬਹੁਤ ਵੱਧ ਚੜ੍ਹ ਕੇ ਪਰਿਵਾਰਾਂ ਦੇ ਸਮੇਤ 'ਚ ਸ਼ਮੂਲੀਅਤ ਕਰੀਏ। ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ, ਇਹ ਪੰਜਾਬ ਦੇ ਹਿੱਸੇ ਇੱਕ ਖੁਸ਼ਕਿਸਮਤੀ ਹੈ ਕਿ ਜਿੰਨੇ ਵੀ ਸੰਘਰਸ਼ ਅੱਜ ਤੋਂ ਪਹਿਲਾਂ ਵੀ ਇਤਿਹਾਸ ਦੇਖ ਲਈਏ, ਕਿਤੇ ਵੀ ਕੋਈ ਸਮੱਸਿਆ ਆਈ ਹੈ ਤਾਂ ਪੰਜਾਬ ਨੇ ਹਰ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ, ਕਿਉਂਕਿ ਪੰਜਾਬ ਦੇ ਲੋਕ ਜਾਗਦੀ ਜ਼ਮੀਰ ਵਾਲੇ ਹੈ। ਤਾਂ ਮੈਂ ਤਾਂ ਇਹੀ ਸਮਝਦਾ ਕਿ ਕਿਉਂਕਿ ਪੰਜਾਬ ਦੇ ਲੋਕ ਜਾਗਦੀ ਜ਼ਮੀਰ ਵਾਲੇ ਹੈ ਤੇ ਜਾਗਦੀ ਜ਼ਮੀਰ ਵਾਲਿਆਂ ਨੂੰ ਬਹੁਤੇ ਸੱਦਿਆਂ ਦੀ ਲੋੜ ਨਹੀਂ ਹੁੰਦੀ ਕਦੇ। ਤਾਂ ਮੈਂ ਦੋਵੇਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿਉਂਕਿ ਸਾਡਾ ਸਾਰਿਆਂ ਦਾ ਸੰਘਰਸ਼ ਹੈ ਤੇ ਇਹਦੇ ਸ਼ਾਮਲ ਹੋਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਜੀ। ਇਹ ਕਿੱਥੋਂ ਕਿੱਥੋਂ ਤੁਰੂ ਤੇ ਕਿੱਥੇ ਕਿੱਥੇ ਤੱਕ ਜਾਊ ਜੀ? ਇਹ ਜੀ ਮਿਊਨਿਸਪਲ ਕਮੇਟੀ ਪਾਰਕ ਦੇ ਵਿੱਚੋਂ ਅਸੀਂ ਸ਼ੁਰੂਆਤ ਕਰਾਂਗੇ। ਤੋ ਸ਼ਹਿਰ ਦੇ ਜਿਹੜੇ ਵੱਖ-ਵੱਖ ਬਾਜ਼ਾਰੇ ਦੇ ਲਈ ਰੂਟ ਪਲਾਨ ਤਿਆਰ ਕੀਤਾ ਗਿਆ। ਟੋਟਲ ਜਿਹੜਾ ਏਰੀਆ ਸਾਡਾ ਹੈਗਾ ਉਹ 4.5 ਕਿਲੋਮੀਟਰ ਦਾ ਬਣਦਾ ਹੈ ਜਿਹੜਾ ਅਸੀਂ ਕਵਰ ਕਰਨਾ ਹੈ, ਔਰ ਇਹਦੇ 'ਚ ਇਹ ਹੈ ਕਿ ਅਸੀਂ ਆਪਣੇ ਆਪ ਦੇ ਨਾਲ ਹੀ ਪ੍ਰਣ ਕਰਨਾ ਹੈ, ਰਨ ਕਰਦੇ ਹਾਂ, ਰਨ ਕਰਨਾ ਹੈ ਪ੍ਰਣ ਕਰਨ ਦੇ ਲਈ, ਹੈ ਨਾ। ਅਤੇ ਨਾਲ ਦੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਜਾਵਾਂਗੇ ਇਹਦੇ ਪ੍ਰਤੀ ਕਿ ਜਿਹੜੇ ਕਾਨੂੰਨ ਹੈਗੇ ਨੇ ਕੀ ਹੈਗੇ। ਮੁਕੰਮਲ ਤੌਰ 'ਤੇ ਅਨੁਸ਼ਾਸਨਮਈ, ਬਿਲਕੁਲ ਜੀ। ਅਸੀਂ ਬਹੁਤ ਇਹਦੀ ਇੱਕ ਪਲੈਨਿੰਗ ਤਿਆਰ ਕੀਤੀ ਸੀ। ਪਹਿਲਾਂ ਵੀ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਆ ਰਹੇ, ਨਾ ਤਾਂ ਕਿਸੇ ਸਰਕਾਰ ਦੇ ਵਿਰੋਧ ਵਿੱਚ ਅਸੀਂ, ਨਾ ਅਸੀਂ ਕਿਸੇ ਪਾਰਟੀ ਦੇ ਵਿਰੋਧ 'ਚ ਹੈ। ਸਾਡਾ ਜਿਹੜਾ ਰਨ ਹੈਗਾ ਇਹ ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਹਾਂ, ਤੇ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਬਿਲਕੁਲ ਅਨੁਸ਼ਾਸਨਮਈ ਹੋਏਗਾ, ਜਿਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਨਾਅਰਾ ਨਹੀਂ ਲਾਇਆ ਜਾਏਗਾ। ਬਿਲਕੁਲ ਅਨੁਸ਼ਾਸਨ ਦੇ ਵਿੱਚ ਰਹਿੰਦੇ ਹਾਂ ਜਿਹੜਾ ਹੈਗਾ ਉਹ ਅਸੀਂ ਯਤਨ ਕਰਾਂਗੇ ਕਿ ਜੋ ਦੇਸ਼ ਲੈ ਕੇ ਚੱਲੇ, ਜਿਹੜਾ ਸੰਦੇਸ਼ ਅਸੀਂ ਲੋਕਾਂ ਨੂੰ, ਪਬਲਿਕ ਨੂੰ ਦੇਣਾ ਚਾਹੁੰਦੇ ਹਾਂ, ਉਹ ਅਸੀਂ ਉਹਨਾਂ ਤੱਕ ਪਹੁੰਚਦਾ ਕਰ ਸਕੀਏ ਜੀ। ਹਾਂਜੀ, ਬਲਜੀਤ ਸਿੰਘ ਖੇਵਾ ਜੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਨੇ ਇਸ ਵਾਰ ਵੀ ਤੀਸਰੀ ਜਿਹੜੀ ਦੌੜ ਹੈ ਕਿਸਾਨਾਂ ਦੇ ਲਈ ਕਰਨ ਜਾ ਰਹੇ ਆ। ਇਹ ਸੱਦਾ ਉਹਨਾਂ ਸਾਰੇ ਸੰਘਰਸ਼ ਦੇ ਵਿੱਚ ਭਾਗ ਲੈਣ ਵਾਲੇ ਵੀਰਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਜਿਹੜੇ ਚਾਹੁੰਦੇ ਆ ਵੀ ਅਸੀਂ ਇਸ ਪੰਜਾਬ ਨੂੰ ਉਸੇ ਤਰ੍ਹਾਂ ਦਾ ਹੀ ਜਿਹੜਾ ਸੁਨੇਹਾ ਲੈ ਕੇ ਚੱਲੇ ਆ ਕਿਸਾਨੀ ਦੇ ਹੱਕਾਂ ਦੇ ਲਈ। ਸੋ ਇਸ ਸੁਨੇਹੇ ਦੇ ਨਾਲ ਅਸੀਂ ਉਹਨਾਂ ਲੋਕਾਂ ਤੱਕ, ਸਰਕਾਰਾਂ ਤੱਕ ਸੁਨੇਹਾ ਪਹੁੰਚਦਾ ਕਰਨਾ ਵੀ ਇਹ ਪੰਜਾਬ ਜਿਹੜਾ पूरे देश का अन्नदाता है। जेकर ये आर्थिक तौर पर तकड़ा होगा तो पूरा देश आर्थिक तौर पर तकड़ा हो सकता है। जेकर आर्थिक तौर पर पंजाब का नुकसान हो गया तो देश का जोड़ा नुकसान है वह सुभाविक है। और इस बहुते सुनेहे जोड़े सूँ आ रहे हैं उन्होंने जथेबंदियों के, उन्होंने वीरों के, भैनों के जोड़े दिल्ली जाके उस संघर्ष का हिस्सा नहीं बन सके, वो चाहते हैं भी असी भी इस संघर्ष का किसी ना किसी रूप के हिस्सा बनीए। सो उन्होंने भी बेनती है निम्रता सहित कि आओ इस दौड़ दे विच हिस्सा पा, अपना संघर्ष दे विच जिहड़ी दौड़ दे विच हिस्सा पा के इस संघर्ष का हिस्सा बनीए। धन्नवाद। किसान, मजदूर, व्यापारी, मुलाजम, विद्यार्थी सारे दे विच शमूलीयत कर रहे हैं। तुहाडा खुला सद्दा? बिल्कुल जी, असीं क्योंकि इहदे नाल पीड़ित जेकर ये आर्डीनेंस जारी होंदे ने तो ये पीड़ित पूरे पंजाब के हर एक वर्ग ने होना है। सो ये उन्होंने सारे वर्गों को किसी भी तरह जिहड़ा पंजाब का वसनीक है वो इस संघर्ष का, इस दौड़ का हिस्सा बन सकता है। अज कोई भी प्रोग्राम है, भावें इतिहासक दिहाड़े ने, वो किसानी अंदोलन को समर्पित किए जा रहे हैं। आपां नवनीत सिंह जी को चलते हैं, वो जोनल सकत्तर ने, तुहाडा की कहना है इस बारे? दौड़ किसानां लई जिहड़ी असीं करवा रहे हैं, इहदा जिहड़ा मुख्य मंतव है वो वीरां ने पहलां सांझा कर दित्ता होया। मेरी तो यही बेनती है भी असीं वध चढ़ के वड्डी तो वड्डी गिणती दे विच असीं इहदा हिस्सा बणीए ते असीं इस मैसेज नूं घर घर तक पहुँचा सकीए कि कंज्यूमर ने किस पद्धर तक, जिहड़ा सारा भार कंज्यूमर के उत्ते किस तरीके नाल पैना है। कई सारे तुसीं पोस्टर्स भी हुण देखे होने हैं जिहड़े उस संघर्ष दे विचों निकल के आए हैं, जारी होए हैं। एंड ते जिहड़ा सारा भार है हरेक जिहड़ा इस देश का नागरिक है उहदे उत्ते पैना। नहीं इहदी लोड़ क्यों पई आपां नूं एक दौड़ किसानां लई? असीं इत्थे करवा रहे हैं जी क्योंकि जिहड़े परिवार दिल्ली नहीं जा सके वो इत्थे आपदा जिहड़ा उस संघर्ष दे विच अपना हिस्सा पा सकण, हिस्सा पाउणगे। इत्थे होर भी बहुत सारियां समाज सेवी संस्थावां, जथेबंदियां दे अहुदेदार, नुमाइंदे सारे मौजूद ने। एक एक नूं बुला पाउणा बड़ा मुश्किल जापदा है। सो इस वीडियो दे माध्यम राहीं, इस टीवी चैनल दे माध्यम राहीं इन्हां बुलारियां ने सारिआं नूं यही दस्सिआ कि वो किसान वीर पंजाब की होंद बचाने लई, साडी औलाद के भविख नूं बचाने की लड़ाई लड़ रहे हैं। वो कल्ले उन्हां दी लड़ाई नहीं, सो हुण देखना होगा। उहदे 10 जनवरी दिन ऐतवार नूं सवेरे 7:30 बजे म्यूनसिपल पार्क कोटकपुरा विखे किन्नी कुछ शमूलीयत करते हैं वीर भैन, बच्चे, बजुर्ग। कोटकपुरा तो गुरिंदर सिंह। मौजूदा हालातां ते नज़र मारीए तां इंसान तरह तरह दीआं बीमारियां नाल जूझ रहा है। इंसान बीमारियां तो छुटकारा पाउण लई तरह तरह के उपराले भी करता है। और जिमें तुहाडे दुखा नूं मद्देनज़र रखते हुए इस तो पहला फीरलीफ ऑयल तैयार किया गया, जिस द्वारा 125 बीमारियां का इलाज किया गया। तो हुण एक होर प्रोडक्ट तुहानूं दुखा तो निजात दिवाउण लई हाज़र है, फीरलीफ पावर, जिस दे नाल तरह तरह दीआं कमजोरियां नूं दूर किया जा सकता है, जिमें मर्दाना कमजोरी, अंतड़ियां की सोजिश, पेशाब विच जलन, दिल की कमजोरी, खून की कमी और दिमाग नूं तेज़ करता है। अलग अलग लैबोरेटरियां तो आयुर्वैदिक माहरां द्वारा टैसट हो के आप सब दे रूबरू है, और जिस दे विच कई तरह दीआं आयुर्वैदिक जड़ियां बूटियां और कई तरह के पसम मिला के तैयार किया गया है। वो नौजवानों लई बड़ा वरदान सिद्ध हो रहा है। जो नौजवान मर्दाना कमजोरी नाल जूझ रहे ने वो हुण फीरलीफ पावर का इस्तेमाल करन तो बाद दोबारा खोई हुई मर्दाना ताकत नूं हासिल कर सकते हैं। ये मेडिसन 100% आयुर्वैदिक है, इसका कोई भी साइड इफेक्ट नहीं है। तुसी वधेरे जानकारी लिए संपर्क कर सकते हो 94 784 84 087।